ਇਹ ਸਰਕਾਰਾਂ ਦੀ ਮਿਹਰਬਾਨੀ ਆ। ਆਪਣੇ ਸਰਕਾਰਾਂ ਭਵਾਂ ਪੰਜਾਬ ਸਰਕਾਰ, ਭਵਾਂ ਅਕਾਲੀ ਸਰਕਾਰ, ਭਵਾਂ ਕਾਂਗਰਸ, ਜਿਹੜੀਆਂ ਵੀ ਸਰਕਾਰਾਂ ਰਹੀਆਂ ਉਹਨਾਂ ਦੀ ਦੇਣ ਹੈ। ਅੱਜ ਤਲਵਾੜਾ ਕਿਉਂ ਨਹੀਂ ਵਸਿਆ? ਝੁੱਗੀਆਂ ਤੁਹਾਡੇ ਸਾਹਮਣੇ ਪਈਆਂ। ਇਹ ਕਹਿੰਦੀਆਂ ਬੀਬੀਐਮਬੀ ਦੇ ਅਫਸਰਾਂ ਨੇ ਜੋ ਐਮਰਜੈਂਸੀ ਜਿਹੜੀ ਹੈ ਚਾਲੂ ਹੋਣੀ ਚਾਹੀਦੀ ਹੈ ਸਾਡੀ, ਅਸੀਂ ਤੁਹਾਡੇ ਨਾਲ ਹੈ। ਭਾਵੇਂ MLA ਦੇ ਘਰ ਜਾ ਕੇ ਨਾ ਬੈਠਣਾ ਪਵੇ ਕਿ ਉਹ ਸਿਰਫ ਸੋਸ਼ਲ ਮੀਡੀਆ ਤੱਕ ਹੀ ਸੀਮਤ ਸੀਗੇ। ਇੱਥੇ ਵੀ ਉਹਨਾਂ ਨੂੰ ਪਤਾ ਕਿ ਉਹਨਾਂ ਦਾ ਕੋਈ ਵੀ ਪ੍ਰਚਾਰ ਅਤੇ ਪ੍ਰਸਾਰ ਨਹੀਂ ਸੀ ਹੋਣਾ। ਕੀ ਚੀਫ ਦੇ ਨਾਲ ਮਿਲ ਕੇ ਫੋਟੋ ਖਿਚਾ ਲਈਆਂ ਕਿ ਉਹਨਾਂ ਦਾ ਸਵਾਸ ਸੁਵਿਧਾਵਾਂ ਦਾ ਪੂਰਾ ਹੋ ਗਿਆ। ਦੇਖੋ, ਇੱਕ ਤਾਂ ਇੱਥੇ 65% ਵੋਟਾਂ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਕੁਛ ਨਾ ਦੇਖਦੇ ਹੋਏ ਆਪਣੇ 65% ਕੋਟੇ ਨੂੰ ਪੂਰਾ ਕਰੋ। ਵਾਲਾ ਹੋਸਪਿਟਲ ਤਲਵਾੜੇ ਦੀ ਗੱਲ ਕਰਦੇ, ਮੈਂ ਆਪ ਜਾ ਕੇ ਆਇਆ ਸੀਗਾ, ਮੈਨੂੰ ਪਤਾ ਬਹੁਤ ਸ਼ਾਨਦਾਰ ਬਿਲਡਿੰਗ ਹੈ, ਪਰ ਦਿੱਕਤ ਹੋਈ ਹੈ ਕਿ ਨਾ ਮਸ਼ੀਨਾਂ ਨੇ, ਨਾ ਡਾਕਟਰ ਨੇ, ਨਾ ਮਰੀਜ਼, ਨਾ ਵੀ ਹਸਪਤਾਲ ਹੈ। ਉਹ ਏਰੀਆ ਜਿਹੜਾ ਨਾ ਸੱਚੀ ਮੁੱਚੀ, ਉੱਥੇ ਤਾਂ ਮਤਲਬ ਜੇ ਇੱਕ ਵਾਰੀ ਜਵਾਬ ਮਿਲ ਗਿਆ ਡਾਕਟਰ ਤੋਂ ਤਾਂ 2-3 ਘੰਟੇ ਤੋਂ ਤੁਸੀਂ ਕਿਸੇ ਵੀ ਹਸਪਤਾਲ 'ਚ ਆ ਹੀ ਨਹੀਂ ਸਕਦੇ। ਬਾਕੀ ਦਾ ਮੈਂ ਬਹੁਤ ਬਹੁਤ ਧੰਨਵਾਦ ਸਾਥੀ MC ਸਾਡੇ ਬੈਠੇ ਆ, ਤੇ ਤੁਸੀਂ ਇਹ ਬੰਦੇ ਥੋੜੇ ਨਹੀਂ ਸਮਝਣੇ ਕਿ ਹਾਂ ਵੀ ਬੰਦੇ ਥੋੜੇ। ਆਪਣੇ ਆਪ ਆ ਜਾਣਾ, ਸਾਰਿਆਂ ਨੇ ਆ ਜਾਣਾ। ਜਿਸਲੇ ਢਿੱਡ ਦਰਦ ਹੋਣੀ ਤਾਂ ਸਭ ਨੇ ਆਉਣਾ। ਤੇ ਇਸ ਕਰਕੇ ਸਾਥੀਓ, 1965 ਤੋਂ ਲੈ ਕੇ ਅੱਜ ਦਿਨ ਤੱਕ ਐਮਰਜੈਂਸੀ ਚੱਲਦੀ ਰਹੀ। ਅੱਜ ਕੀ ਹੋ ਗਿਆ? ਇਹ ਸਰਕਾਰਾਂ ਦੀ ਮਿਹਰਬਾਨੀ। ਆਪਣੇ ਸਰਕਾਰਾਂ ਭਵਾਂ ਪੰਜਾਬ ਸਰਕਾਰ, ਭਵਾਂ ਅਕਾਲੀ ਸਰਕਾਰ, ਭਵਾਂ ਕਾਂਗਰਸ, ਜਿਹੜੀਆਂ ਵੀ ਸਰਕਾਰਾਂ ਰਹੀਆਂ ਉਹਨਾਂ ਦੀ ਦੇਣ ਹੈ। ਅੱਜ ਤਲਵਾੜਾ ਕਿਉਂ ਨਹੀਂ ਵਸਿਆ? ਅੱਜ ਤਲਵਾੜਾ ਸਾਡਾ ਕਿਉਂ ਨਹੀਂ ਵਸਿਆ? ਇਹ ਸਰਕਾਰਾਂ ਦੀ ਦੇਣ ਹੈ। ਅੱਜ ਜਿਹੜਾ ਕੁਆਟਰ ਜਿਹੜੇ ਖਾਲੀ ਪਏ ਹੈ, ਇਹ ਸਰਕਾਰਾਂ ਦੀ ਦੇਣ ਹੈ। ਭਾਵੇਂ ਆਮ ਆਦਮੀ ਪਾਰਟੀ ਹੋਵੇ, ਜਿਹੜੀ ਮਰਜ਼ੀ ਪਾਰਟੀ ਹੋਵੇ, ਸਾਡੇ ਦੁਕਾਨਦਾਰ ਭਰਾ ਕਿਆ ਕੁਆਟਰ ਮਿਲ ਨਹੀਂ ਸਕਦੇ? ਝੁੱਗੀਆਂ ਤੁਹਾਡੇ ਸਾਹਮਣੇ ਪਈਆਂ। ਇਹ ਕਹਿੰਦੀਆਂ BBMP ਦੇ ਅਫਸਰਾਂ ਨੇ ਜੋ ਮਰਜ਼ੀ ਤੁਸੀਂ ਕਰਕੇ ਕਹਿਣ ਦਾ ਮਤਲਬ ਲੈ ਕਰ ਲਓ, ਕਬਜ਼ਾ ਕਰ ਲਓ ਤਾਂ ਠੀਕ ਹੈ, ਜੇ ਅਮਰ ਆਪ ਨਹੀਂ ਦੇਣਾ। ਤੇ ਇਸ ਕਰਕੇ ਸਾਥੀਓ, ਐਮਰਜੈਂਸੀ ਜਿਹੜੀ ਹੈ ਚਾਲੂ ਹੋਣੀ ਚਾਹੀਦੀ ਹੈ ਸਾਡੀ। ਤੇ BBMP ਵਾਲੇ ਨੂੰ ਤਕਲੀਫ ਨਹੀਂ, ਆਸੇ ਪਾਸੇ ਦੇ ਪਿੰਡ ਕਿਆ ਹਾਜੀਪੁਰ, ਕਿਆ ਇੱਧਰ ਪੈਰਸ, ਹਿਮਾਚਲ, ਜੋ ਵੀ ਹੈ, ਇਹ ਅੱਜ ਹੁਣ ਐਕਸੀਡੈਂਟ ਹੋ ਜਾਵੇ ਤਾਂ ਐਮਰਜੈਂਸੀ ਦੇ ਵਿੱਚ ਜਿਹੜਾ ਗੁੱਤ ਮੁੱਕੀ। ਤੇ ਇਸ ਕਰਕੇ ਭਾਖੜ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥੀ, ਧੁੱਪ 'ਚ ਬੈਠੇ ਨੇ, ਬਹੁਤ ਬਹੁਤ ਧੰਨਵਾਦ। ਜਿਹੜਾ ਤੁਸੀਂ ਛੋਟਾ ਜਿਹਾ ਪ੍ਰੋਗਰਾਮ ਲੀਕਿਆ, ਬੜੀ ਵੱਡੀ 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 ਗੱਲ ਹੈ। ਇਹ ਛੋਟਾ ਪ੍ਰੋਗਰਾਮ ਨਹੀਂ ਹੈ, ਇਹ ਸਾਰੇ ਤਲਵਾੜੇ ਦੇ ਲੋਕਾਂ ਨੂੰ ਉੱਠਣਾ ਪੈਣਾ, ਆਸੇ ਪਾਸੇ ਦੇ ਪਿੰਡਾਂ ਨੂੰ। ਇੱਕ ਵੱਡਾ ਪ੍ਰੋਗਰਾਮ ਅਸੀਂ ਮਿਲ ਕੇ ਸਾਥੀ ਨਾਲ ਬਣਾ ਰਹੇ ਹਾਂ, ਪ੍ਰੋਗਰਾਮ ਸਾਥੀਆਂ ਨੂੰ ਇਕੱਠਾ ਕਰਾਂਗੇ, ਕਿਉਂਕਿ ਕੋਈ ਨਹੀਂ ਚਾਹੁੰਦਾ ਪ੍ਰਾਈਵੇਟ ਹੋ ਜਾਏ। ਕਹਿੰਦੇ ਹੋਸਪਿਟਲ ਪ੍ਰਾਈਵੇਟ ਖੋਲਦਾ ਸਾਥੀਓ, 25 ਰੁਪਏ 'ਚ ਦੰਦ ਨਿਕਲਦਾ BBMP ਹੋਸਪਿਟਲ 'ਚ, 25 ਰੁਪਏ 'ਚ ਦੰਦ। ਤੁਸੀਂ 25 ਰੁਪਈਏ ਦਿਓ ਤਾਂ ਦੰਦ ਨਿਕਾਲੋ, ਤੇ ਬਾਕੀ ਪ੍ਰਾਈਵੇਟ ਤੁਹਾਡਾ 1000 ਰੁਪਈਆ ਲੱਗਣਾ ਦੰਦ ਦਾੜ ਕਢਾਉਣ ਦਾ। ਇਹ ਵੀ ਸਰਕਾਰੀ ਜਿਹੜੇ ਹੈ ਇਹ ਹੋਸਪਿਟਲਾਂ ਦੇ ਵਿੱਚ 25 ਰੁਪਏ 'ਚ ਤੁਸੀਂ ਮਕੀਨੀਆਂ ਕਢਾ ਲਓ ਜਾ ਕੇ, ਪਰ ਇੱਥੇ ਵੱਡੇ ਵੱਡੇ ਜਿਹੜੇ ਦੂਜੇ ਹੈਗੇ ਲੁੱਟਣ ਸਾਨੂੰ ਪਏ ਆ, ਇਹਨਾਂ ਨੂੰ ਬੰਦ ਕਰੋ, ਕਹਿੰਦੇ ਸਰਕਾਰੀਆਂ ਨੂੰ।
ਇੱਥੇ ਦੇ ਐਮ ਐਲ ਏ ਭਾਵਾਂ ਡੋਗਰਾ ਸਾਹਿਬ ਹੋਣ, ਜਿਹੜਾ ਮਰਜ਼ੀ, ਮੈਂ ਸਿੱਧੀ ਗੱਲ ਹੈ, ਭਾਵਾਂ ਘੁੰਮਣ ਸਾਹਿਬ ਹੋਣ, ਜਿਹੜੇ ਮਰਜ਼ੀ ਹੈ, ਇਹਨਾਂ ਨੇ ਬੇੜਾ ਗਰਕ ਕੀਤਾ। ਬੇੜਾ ਗਰਕ ਕਿਉਂਕਿ ਸਾਲ 1900-2004 ਦੇ ਕੁਆਟਰ T1 ਦੇ ਖਾਲੀ ਹੋਏ ਤੇ ਮੈਨੂੰ ਯਾਦ ਹੈ ਊਰਜਾ ਮੰਤਰੀ ਸ਼ਿੰਦੇ ਜੀ, ਕਾਂਗਰਸ ਸਰਕਾਰ ਸੀ, ਕਹਿੰਦੇ ਆਣਾ ਊਰਜਾ ਮੰਤਰੀ ਆਇਆ ਨਹੀਂ ਸੀਗਾ। ਡੋਗਰਾ ਸਾਹਿਬ ਜੀ ਉਸ ਵੇਲੇ ਕਹਿੰਦੇ ਹੋਏ ਹਾਂ ਵੀ ਅਸੀਂ ਕੁਆਟਰ ਕਰਾਵਾਂਗੇ, ਨਹੀਂ ਹੋਏ ਕਿਸੇ ਕੋਲੋਂ ਵੀ। ਇਹ ਹੁਣ ਤੁਸੀਂ ਦੇਖਣਾ ਵੀ ਕੀ ਕਰਨਾ ਕੀ ਨਹੀਂ ਆ। ਹੁਣ ਇਲੈਕਸ਼ਨ ਆ ਜਾਣਾ, ਤੁਹਾਡੇ ਕੋਲ ਵੋਟਾਂ ਲੈ ਜਾਣੀਆਂ ਸਾਰਿਆਂ ਨੇ। ਆਖਣਾ ਬਿਆਸ ਸਪਲਾਈ BBMB ਇੰਪਲਾਈ ਯੂਨੀਅਨ ਜਿਹੜੀ ਹੈ ਤੁਹਾਡੇ ਨਾਲ ਹੈ, ਇਸ ਤੋਂ ਵਧੀਆ ਵੱਡੇ ਪ੍ਰੋਗਰਾਮ ਲਿਖੋ, ਅਸੀਂ ਤੁਹਾਡੇ ਨਾਲ ਹੈ। ਭਾਵੇਂ MLA ਦੇ ਘਰ ਜਾ ਕੇ ਨਾ ਬੈਠਣਾ ਪਵੇ। ਸਾਜੀ ਇੱਕ ਹੋਰ ਮੈਂ ਗੱਲ ਕਰਾਂਗਾ, ਅਗਰ ਕਿਸੇ ਨੂੰ ਐਮਰਜੈਂਸੀ ਪੈਂਦੀ ਆ, ਲੰਦਨ ਡਾਕਟਰ ਨਹੀਂ ਮਿਲਦਾ, ਚੀਫ ਇੰਜੀਨੀਅਰ ਦੇ ਘਰ ਚੱਲੋ। ਸਿੱਧੀ ਗੱਲ ਹੈ, ਚੀਫ ਇੰਜੀਨੀਅਰ ਦੇ ਘਰ ਜਾ ਕੇ ਬਾਹਰ ਬੈਠੋ, ਉੱਥੇ ਜਾ ਕੇ ਆਪਣਾ ਮੂਲ ਦੱਸ ਲਵੋ, ਉਹਦੇ ਘਰ ਬੈਠੋ ਜਾ ਕੇ। ਇਹ ਸਾਡਾ ਮੇਰਾ ਐਲਾਨ ਗਾ ਬਈ, ਅਸੀਂ ਚੀਫ ਇੰਜੀਨੀਅਰ ਜ਼ਿਆਦਾ ਸਾਨੂੰ ਡਾਕਟਰ ਦੇਵੇ, ਜਿੱਥੋਂ ਚੀਫ ਇੰਜੀਨੀਅਰ ਦੀ ਜ਼ਿੰਮੇਵਾਰੀ ਹੈ ਡਾਕਟਰ ਲਿਆਉਣਾ। ਮੌਕੇ ਦਾ ਇੱਥੇ ਇੰਚਾਰਜ ਬੋ ਹੈ, ਚੇਅਰਮੈਨ ਅੱਗੇ ਹੈ, ਅਤੇ ਇਸ ਕਰਕੇ ਜਦੋਂ ਵੀ ਕੋਈ ਗੱਲਬਾਤ ਹੁੰਦੀ ਹੈ ਇਕੱਠੇ ਕਰੋ ਬੰਦੇ, ਚੀਫ ਇੰਜੀਨੀਅਰ ਦੇ ਘਰ ਲੈ ਜਾਓ, ਮੈਂ ਸਿੱਧੀ ਗੱਲ ਜਾਣਦਾ, ਤਾਂ ਹੱਲ ਹੋਣੇ ਮਸਲੇ। ਪੰਜਾਬ ਸਰਕਾਰ ਮੁਰਦਾਬਾਦ, ਹਿਮਾਚਲ ਸਰਕਾਰ ਵੀ ਮੁਰਦਾਬਾਦ, ਰਾਜਸਥਾਨ ਸਰਕਾਰ ਮੁਰਦਾਬਾਦ, ਹਰਿਆਣਾ ਸਰਕਾਰ ਮੁਰਦਾਬਾਦ, ਇਹ ਕੋਟਾ BBMP ਚ ਹਰਿਆਣਾ, ਰਾਜਸਥਾਨ, ਪੰਜਾਬ, ਹਿਮਾਚਲ ਸੈਂਟਰ, ਇਹਨਾਂ ਦੇ ਤਾਂ ਨਾਰੇ ਲਾਏ ਆ, ਇਹਨਾਂ ਨੇ ਡਾਕਟਰ ਭੇਜਣੇ ਆ, ਪੰਜਾਬ ਸਰਕਾਰ ਨੇ ਡਾਕਟਰ ਭੇਜਣੇ, ਹਰਿਆਣੇ ਨੇ ਭੇਜਣੇ, ਰਾਜਸਥਾਨ ਹੈ। ਸਾਥੀਓ, ਰਾਜ ਕੁਮਾਰ ਡਾਕਟਰ 70,000 ਦੇ ਲੱਗ ਗਿਆ, ਕਿਉਂ ਨਹੀਂ ਉਹਦੀ ਰਿਕਮੈਂਡੇਸ਼ਨ ਕੀਤੀ ਚੀਫ ਇੰਜੀਨੀਅਰ ਨੇ? ਐਮਰਜੈਂਸੀ ਦੇਖ ਸਕਦੇ ਸੀਗੇ। ਤੇ ਹੋਰ ਡਾਕਟਰ ਕਹਿਣ ਦਾ ਮਤਲਬ ਵੀ ਚੀਫ ਇੰਜੀਨੀਅਰ ਕਰ ਸਕਦਾ ਸੀ, ਨਹੀਂ ਕੀਤਾ। ਇਸ ਕਰਕੇ ਮੈਂ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਾਂਗਾ, ਬਹੁਤ ਰਾਜ ਪ੍ਰਧਾਨ ਜੀ ਦਾ, ਜਿਨ੍ਹਾਂ ਨੇ ਗਰੀਬਾਂ ਨੇ ਸਵਾਸ ਸੁਵਿਧਾਵਾਂ ਦਾ ਆਵਾਜ਼ ਉਠਾਈ ਹੈ। ਲੇਕਿਨ ਮੈਨੂੰ ਉਹ ਦੁੱਖ ਹੁੰਦਾ ਹੈ, ਉਹ ਇਸ ਮੰਚ ਵਿੱਚ ਨਿਰਾਦਰ ਨੇ, ਇੱਥੋਂ ਦੀ ਇਹ ਸਾਬਤ ਹੁੰਦਾ ਹੈ ਕਿ ਉਹ ਸਿਰਫ ਸੋਸ਼ਲ ਮੀਡੀਆ ਤੱਕ ਹੀ ਸੀਮਤ ਸੀਗੇ। ਇੱਥੇ ਵੀ ਉਹਨਾਂ ਨੂੰ ਪਤਾ ਕਿ ਉਹਨਾਂ ਦਾ ਕੋਈ ਵੀ ਪ੍ਰਚਾਰ ਅਤੇ ਪ੍ਰਸਾਰ ਨਹੀਂ ਸੀ ਹੋਣਾ, ਕਿ ਚੀਫ ਦੇ ਨਾਲ ਮਿਲ ਕੇ ਫੋਟੋ ਖਿਚਾ ਲਈਆਂ, ਕਿ ਉਹਨਾਂ ਦਾ ਸਵਾਸ ਸੁਵਿਧਾਵਾਂ ਦਾ ਪੂਰਾ ਹੋ ਗਿਆ। ਚਲੋ ਧੰਨਵਾਦ ਸਾਥੀਓ। ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਹੈ ਅਸੀਂ ਸਾਂਝੇ ਤੌਰ ਤੇ ਕੀਤਾ, ਕੋਈ ਪਾਰਟੀ ਬਾਜ਼ੀ ਨਹੀਂ ਹੈ। ਜਿਹੜੇ ਜਿਹੜੇ ਚਾਹੁੰਦੇ ਵੀ ਤਲਵਾੜੀ ਐਮਰਜੈਂਸੀ ਹੋਸਪਿਟਲ ਚਾਲੂ ਹੋਵੇ, 70 ਸਾਲ ਚ ਕਦੀ ਬੰਦ ਨਹੀਂ ਹੋਈ, ਇਹ ਪਹਿਲਾ ਰਿਕਾਰਡ ਹੈ ਵੀ 8-10 ਡਾਕਟਰ ਪੀਜੀ ਸਰਕਾਰ ਲਿਆਂਦੇ, ਉਹ ਸਾਰੇ ਚਲਦੇ ਚਲ ਗਏ ਨੇ। ਇੱਕ ਡਾਕਟਰ ਲਸ਼ਕਰ ਆਇਆ, ਉਹ ਵੀ ਚਲਾ ਗਿਆ। ਜਿਹੜੇ ਹੁਣ 1-2 ਹੈਗੇ ਆ, ਉਹ ਜਾਣੀ ਕਿ ਛੁੱਟੀ ਦੇ ਲੀਵ ਤੇ ਰਿਟਾਇਰਮੈਂਟ ਤੇ ਬੈਠੇ ਆ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਬਹੁਤ ਸਾਰੇ ਸਾਡੇ ਐਕਸੀਡੈਂਟ, ਬੜੀਆਂ ਦੁਰਘਟਨਾ, ਬੜੀਆਂ ਐਮਰਜੈਂਸੀਆਂ ਪੈ ਰਹੀਆਂ, ਸਾਨੂੰ ਦੂਰ ਦੁਰਾਡੇ ਜਾਣਾ ਪੈਂਦਾ, ਸਾਨੂੰ ਫਸਟ ਏਡ ਦਿੱਤੀ ਜਾਵੇ, ਐਮਰਜੈਂਸੀ ਚਾਲੂ ਕੀਤੀ ਜਾਵੇ। ਜਿਹੜੇ ਵੱਡੇ ਵੱਡੇ ਹੋਸਪਿਟਲ ਡਿਮਾਂਡ ਕਰੋ, ਸਾਨੂੰ ਇਸ ਤਰ੍ਹਾਂ ਕੁਛ ਨਹੀਂ ਚਾਹੀਦਾ, ਉਹ ਤੁਸੀਂ ਪਲੈਨਿੰਗ ਜਾਂ ਤੁਹਾਡੀ ਸੋਚ ਹੈ, ਜਦੋਂ ਮਰਜ਼ੀ ਖੋਲਿਓ, ਪਰ ਸਾਨੂੰ ਹੁਣ ਲੋੜ ਆ ਐਮਰਜੈਂਸੀ ਹੋਸਪਿਟਲ ਦੀ, ਐਮਰਜੈਂਸੀ ਦੀ, ਜਿਹੜੀ ਰਾਤ ਬਰਾਤੇ ਕਿਤੇ ਜਾ ਸਕੀ ਹੈ। ਸਾਡਾ 100 ਪਿੰਡ ਇਰਦ ਗਿਰਦ ਪੈਂਦਾ, ਐਮਰਜੈਂਸੀ ਵਾਸਤੇ ਕਿੱਥੇ ਜਾਈਏ? ਇਲਾਕੇ ਵਿਧਾਇਕ ਨੂੰ, ਆਪਣੇ MP ਰਾਜ ਚੱਬੇਵਾਲ ਨੂੰ ਅਸੀਂ ਬੇਨਤੀ ਕਰਦੇ ਵੀ ਐਮਰਜੈਂਸੀ ਛੇਤੀ ਛੇਤੀ ਚਾਲੀ ਕਰੇ, ਇਹ ਚਾਹਣ ਇਹ ਮਿੰਟ ਵਿੱਚ ਚਾਲੀ ਕਰ ਸਕੇ, ਗੌਰਮੈਂਟ ਕਰੇ ਗੌਰ ਤੇ ਲੱਗਦਾ ਮਿਹਨਤ,
ਹੈਲਥ ਮੰਤਰੀ ਹੁਣੇ ਫੋਨ ਕਰਨ ਵਿਧਾਇਕ ਆਪਣੇ ਐਮਪੀ ਸਾਹਿਬ ਸਵੇਰੇ ਡਾਕਟਰ ਆਏ ਆਪਣੇ ਪੰਜਾਬ ਸਰਕਾਰ ਤੇ ਕਰ ਹੀ ਸਕਦੇ ਆਪਾਂ ਜੇ ਚੇਅਰਮੈਨ ਬੀਬੀਐਮ ਵੀ ਨਹੀਂ ਕਰ ਸਕਦਾ ਚੀਫ ਇੰਜੀਨੀਅਰ ਨਹੀਂ ਕਰ ਸਕਦਾ ਜਿਹੜੀ ਸਾਡੇ ਕੋਲ ਪਾਵਰ ਆਫ ਤੇ ਉਹ ਤੇ ਬਰ ਸਕਦੇ ਆ ਸਾਡੀ ਹੱਥ ਜੁੜ ਕੇ ਬੇਨਤੀ ਆ ਐਮਰਜੈਂਸੀ ਚਾਲੂ ਕਰੋ ਐਮਰਜੈਂਸੀ ਚਾਲੂ ਕਰੋ ਇਹ ਤੋਂ ਅਗਲੀ ਵਾਲੀ ਅਸੀਂ ਡੋਰ ਟੂ ਡੋਰ ਸਰਪੰਚਾਂ ਨੂੰ ਜਾਗਰੂਕ ਕਰੋ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਾਂਗੇ ਇਹ ਸਾਡਾ ਐਮਰਜੈਂਸੀ ਸੀ ਸਾਨੂੰ ਐਮਰਜੈਂਸੀ ਲੋੜ ਸੀ ਉਹ ਤੋਂ ਵੱਡਾ ਐਕਸ਼ਨ ਕੀਤਾ ਹੋ ਸਕਿਆ ਤਾਂ ਰੋਡ ਵੀ ਜਾਮ ਕੀਤਾ ਜਾਊਗਾ ਬੰਦੇ ਸਹਿਯੋਗ ਨਾਲ ਤੁਹਾਨੂੰ ਦੋ ਚਾਰ ਦਿਨ ਪਹਿਲਾਂ ਦੱਸਤਾ ਜਾਊਗਾ ਗੱਲ ਕੀਤੀ ਜਾਵੇ ਮੈਂ ਤੇ ਨਵੀਂ ਪ੍ਰਤੀਕਿਆ ਸੋਚ ਨੂੰ ਇਹ ਕਹੂੰਗਾ ਕਿ ਉਹ ਸਭ ਤੋਂ ਪਹਿਲੇ ਹੌਸਪੀਟਲ ਮੁੱਦਾ ਲਾ ਕੇ ਚਲੇ ਉਹਨਾਂ ਜੋ ਸਮੂਹੀਆਂ ਕਹਿੰਦੇ ਸ਼ਹਿਰ ਵਾਸੀ ਹੋ ਵੀ ਆਪਣੀਆਂ ਸੁਸਾਇਟੀਆਂ ਪਾਰਟੀਆਂ ਬਾਅਦ ਵਿੱਚ ਪਹਿਲੇ ਸਾਡਾ ਭਾਈਚਾਰਾ ਇਹ ਤੇ ਸਪੈਸ਼ਲ ਇੰਟੀਮੇਟ ਕਿਸੇ ਨੂੰ ਕਿਸੇ ਕੋਲ ਕਾਰਡ ਨਹੀਂ ਛਪਾਏਗਾ ਐਮਰਜੈਂਸੀ ਚਾਲੂ ਕਰਨ ਵਾਸਤੇ ਐਮਰਜੈਂਸੀ ਕਾਲ ਬੁਲਾਈ ਗਿਆ ਜੋ ਆਏ ਉਹਨਾਂ ਧੰਨਵਾਦ ਆ ਜਿਹੜੇ ਨਹੀਂ ਆਏ ਧੰਨਵਾਦ ਹੋ ਅੱਗੇ ਵਾਸਤੇ ਜ਼ਰੂਰ ਆਉਣ ਸਾਡੇ ਹੱਥ ਜੋੜ ਕੇ ਬੇਨਤੀ ਹੋਣਗੇ ਦੇਖੋ ਜੀ ਸ਼ਹਿਰ ਦੇ ਵਿੱਚ ਬੀਬੀਐਮਬੀ ਹਸਪੀਟਲ ਦੀਆਂ ਐਮਰਜੈਂਸੀ ਸੇਵਾਵਾਂ ਬੰਦ ਸੀ ਜਿਸ ਦੇ ਸੰਬੰਧ ਲਗਭਗ 10 ਦਿਨ ਤੋਂ ਇਹ ਸੇਵਾਵਾਂ ਬੰਦ ਸੀਗੀਆਂ ਤਾਂ ਦੇਖੋ ਕਿਸੇ ਨੂੰ ਵੀ ਐਮਰਜੈਂਸੀ ਜ਼ਰੂਰਤ ਪੈਂਦੀ ਹੈ ਰਾਤ ਨੂੰ ਦਿਨੇ ਤਾਂ ਬਹੁਤ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸਾਡੇ ਕੋਲ ਕੋਈ ਆਪਸ਼ਨ ਨਹੀਂ ਹੈਗੀ ਸਾਡੇ ਲਈ ਇਹ ਜ਼ਰੂਰੀ ਵੀ ਹੈ ਅਤੇ ਸਾਡੀ ਮਜਬੂਰੀ ਵੀ ਹੈ ਕਿ ਸਾਡੀਆਂ ਇਹ ਜਿਹੜੀ ਐਮਰਜੈਂਸੀ ਹੈ ਜਲਦ ਤੋਂ ਜਲਦ ਬਹਾਲ ਕੀਤੀ ਜਾਵੇ ਸਰ ਜੇ ਗੱਲ ਕੀਤੀ ਜਾਵੇ ਪਿਛਲੇ ਲੰਬੇ ਸਮੇਂ 'ਚ ਜਿਹੜੀ ਕਾਂਗਰਸ ਸਰਕਾਰ ਰਹੀ ਉਹ ਤੋਂ ਪਹਿਲੇ ਜਿਹੜੇ ਹੈਲਥ ਮਿਨਿਸਟਰ ਜਿਹੜੇ ਸੀਗੇ ਆਪਣੇ ਸੀਗੇ ਕਮਿਸ਼ਨ ਦਾ ਟੋਕਰਾ ਜੀ ਉਹਨਾਂ ਨੇ ਭੋਲ ਹੋਸਪਿਟਲ ਨੂੰ ਸੁਵਿਧਾ ਦਾ ਅਧੂਰੀਆਂ ਦਿੱਤੀਆਂ ਦੇਖੋ ਜਿਹੜਾ ਭੋਲ ਦੇ ਵਿੱਚ ਤੁਸੀਂ ਹਸਪੀਟਲ ਦੇ ਸੰਬੰਧ ਵਿੱਚ ਗੱਲ ਕਰ ਰਹੇ ਹੋ ਉਹ ਵੀ ਸਾਡਾ ਕੰਢੀ ਇਲਾਕਾ ਤੇ ਕੰਢੀ ਇਲਾਕਾ ਬਹੁਤ ਵੱਡਾ ਤੇ ਕੰਢੀ ਇਲਾਕੇ ਦੇ ਵਿੱਚ ਭੋਲ ਦੇ ਨਾਲ ਲੱਗਦੇ ਪਿੰਡ ਬਹੁਤ ਜ਼ਿਆਦਾ ਨੇ ਚਾਹੇ ਉਹ ਸਧਾਣੀ ਤੱਕ ਲਾ ਲਈਏ ਕਿੱਥੇ ਤੱਕ ਲਾ ਲਈਏ ਉਹਨਾਂ ਨੂੰ ਤਲਵਾੜੇ ਪਹੁੰਚਣ ਦੇ ਵਿੱਚ ਵੀ ਦੇਰੀ ਲੱਗਦੀ ਸੀ ਇਸ ਕਰਕੇ ਇੱਕ ਉੱਥੇ ਹਸਪੀਟਲ ਦਾ ਨਿਰਮਾਣ ਕੀਤਾ ਗਿਆ ਤਾਂ ਅੱਛੀ ਗੱਲ ਹੈ ਹਸਪੀਟਲ ਆਪਾਂ ਤਾਂ ਚਾਹੁੰਦੇ ਹਾਂ ਕਿ ਹਰ ਜਗ੍ਹਾ ਤੇ ਖੁੱਲ੍ਹਣ ਤੇ ਜੇ ਡੋਗਰਾ ਸਾਹਿਬ ਨੇ ਉੱਥੇ ਵੀ ਹਸਪੀਟਲ ਖੋਲ੍ਹਿਆ ਤੇ ਇਹ ਸ਼ਲਾਘਾਯੋਗ ਕੰਮ ਸੀਗਾ ਤੇ ਆਪਾਂ ਤਾਂ ਇਹੀ ਚਾਹਾਂਗੇ ਹੁਣ ਗੱਲ ਤੁਸੀਂ ਮੁੱਦੇ ਤੇ ਆਈਏ ਕਿ ਠੀਕ ਹੈ ਤੁਹਾਡੇ ਕਹਿਣ ਦਾ ਮਤਲਬ ਇਹ ਸੀਗਾ ਕਿ ਉਸ ਟਾਈਮ ਤੇ ਇਸ ਹਸਪੀਟਲ ਨੂੰ ਕਿਉਂ ਨਹੀਂ ਅਪਗ੍ਰੇਡ ਕੀਤਾ ਗਿਆ ਦੇਖੋ ਜਦੋਂ ਲਾਸਟ ਸਾਡੇ ਮਿੱਕੀ ਡੋਗਰਾ ਜੀ ਵਿਧਾਇਕ ਸੀਗੇ ਉਸ ਟਾਈਮ ਲਗਭਗ ਇੱਥੇ 6 ਤੋਂ 7 7 ਤੋਂ 8 ਡਾਕਟਰ ਜਿਹੜੇ ਸੀਗੇ ਨਾ ਉਹ ਇਹਨਾਂ ਨੇ ਅਵੇਲੇਬਲ ਕੀਤੇ ਸੀਗੇ ਤੇ ਉਹਦੇ ਨਾਲ ਸਿਹਤ ਸੁਵਿਧਾ ਠੀਕ ਚੱਲ ਰਹੀ ਸੀ ਐਮਰਜੈਂਸੀ ਤਾਂ ਅੱਜ ਤੱਕ ਜਦੋਂ ਦਾ ਇਹ 1965 ਦਾ ਜੋ ਮੇਰੀ ਮਤਲਬ ਸਮਝ ਅਨੁਸਾਰ 1965 ਦਾ ਇਹ ਹਸਪੀਟਲ ਹੈ ਕਦੀ ਵੀ ਇੱਥੇ ਐਮਰਜੈਂਸੀ ਸੇਵਾ ਬੰਦ ਨਹੀਂ ਹੋਈ ਸਾਡੀ ਇੱਕੋ ਡਿਮਾਂਡ ਹੈ ਕਿ ਚਾਹੇ ਉਹ ਸਟੇਟ ਹੈ ਚਾਹੇ ਉਹ ਸੈਂਟਰ ਹੈ ਕਿ ਜਲਦ ਤੋਂ ਜਲਦ ਇਹ ਬਹਾਲ ਕੀਤਾ ਜਾਏ ਧੰਨਵਾਦ ਅੱਜ ਦੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਕੀ ਮਾਮਲਾ ਹੈ ਭਾਜੀ ਜਿਵੇਂ ਕਿ ਸਾਰੇ ਜਾਣਦੇ ਹਾਂ ਕਿ ਤਲਵਾੜੇ ਦੇ ਬੀਬੀਐਮਬੀ ਹਸਪਤਾਲ ਦੇ ਅੰਦਰ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਐਮਰਜੈਂਸੀ ਰਾਤ ਦੀ ਐਮਰਜੈਂਸੀ ਉਹ ਬੰਦ ਕਰ ਦਿੱਤੀ ਗਈ ਹੈ ਤੇ ਪਹਾੜੀ ਇਲਾਕੇ ਤੋਂ ਜਿੰਨੇ ਵੀ ਲੋਕ ਆਉਂਦੇ ਨੇ ਪਲੱਸ ਤਲਵਾੜਾ ਸ਼ਹਿਰ ਦੇ ਲੋਕ ਸਾਰਿਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਸ ਕਰਕੇ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਸੀ ਤਾਂ ਕਿ ਸਰਕਾਰ ਜਿਹੜੀ ਹੈ ਉਹ ਇੱਥੇ ਜਿੰਨੇ ਡਾਕਟਰਾਂ ਦੀ ਰਿਕੁਆਇਰਮੈਂਟ ਹੈ ਉਹਨੇ ਡਾਕਟਰ ਲਿਆ ਕੇ ਦੇਵੇ ਇਸ ਕਰਕੇ ਇੱਕ ਵਿਰੋਧ ਪ੍ਰਦਰਸ਼ਨ ਸ਼ਹਿਰ ਵਾਸੀਆਂ ਵੱਲੋਂ ਕੀਤਾ ਭਾਜੀ ਸਾਨੂੰ ਵੀ ਇਦਾਂ ਲੱਗਦਾ ਸੀ ਕਿ ਸ਼ਾਇਦ ਸਾਰੇ ਦਾ ਸਾਰਾ ਕੇਂਦਰ ਸਰਕਾਰ ਦਾ ਪ੍ਰੋਜੈਕਟ ਹੈ ਪਰ ਵੋਟਾਂ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਮੁਕੇਰੀਆਂ ਆਏ ਸੀ
ਉਹਨਾਂ ਨੇ ਆਪਣੇ ਜਿਹੜੇ ਅਸਿਸਟੈਂਟ ਸਰਾਂ ਸਾਹਿਬ ਨੂੰ ਕਿਹਾ ਸੀ ਕਿ ਪੰਜਾਬ ਦੇ ਹਿੱਸੇ ਦਾ 65% ਦਾ ਕੋਟਾ ਜਿਹੜਾ ਹੈ ਉਸ ਦੇ ਡਾਕਟਰ ਲਿਆ ਕੇ ਦਿੱਤੇ ਜਾਣ। ਪਹਿਲਾਂ ਵੀ ਇੱਥੇ ਡਾਕਟਰ ਆਉਂਦੇ ਸੀ, ਉਹ ਪੰਜਾਬ ਹਿੱਸੇ ਦੇ ਕੋਟੇ ਦੇ ਵਿੱਚੋਂ ਜ਼ਿਆਦਾ ਆਉਂਦੇ ਸੀ। ਹਰਿਆਣੇ ਦਾ ਵੀ ਕੋਟਾ ਹੈ, ਰਾਜਸਥਾਨ ਦਾ ਵੀ ਕੋਟਾ ਹੈ ਅਤੇ ਹਿਮਾਚਲ ਦਾ ਵੀ ਕੁਛ ਕੋਟਾ ਹੈ। ਉਹ ਸਾਰੀਆਂ ਸਰਕਾਰਾਂ ਦੇ ਦਬਾਅ ਅਸੀਂ ਉਦੋਂ ਪਾ ਸਕਦੇ ਹਾਂ ਜਦੋਂ ਅਸੀਂ ਆਪਣੀ ਸਰਕਾਰ ਕੋਲੋਂ 65% ਦਾ ਕੋਟਾ ਪੂਰਾ ਕਰਵਾ ਦਈਏ। ਇਸ ਕਰਕੇ ਸ਼ਹਿਰ ਵਾਸੀਆਂ ਨੇ ਆਪਣੇ ਪੰਜਾਬ ਦੀ ਸਰਕਾਰ, ਜਿਹੜੀ ਸਰਕਾਰ ਸਾਡੇ ਕੋਲੋਂ ਟੈਕਸ ਲੈਂਦੀ ਹੈ, ਜਿਹੜੀ ਸਰਕਾਰ ਸਾਡੀ ਖੈਰ ਖਵਾ ਬਣਦੀ ਹੈ, ਉਸ ਸਰਕਾਰ ਦੇ ਵਿਰੁੱਧ ਪ੍ਰੋਟੈਸਟ ਕੀਤਾ ਅਤੇ ਤੁਸੀਂ ਆਪਣੇ 65% ਦੀ ਗੱਲ ਕਰੋ। ਅਗਲਾ ਜਿਹੜਾ 35% ਉਹਦੀ ਗੱਲ ਅਸੀਂ ਕੇਂਦਰ ਨਾਲ ਵੀ ਕਰਾਂਗੇ ਔਰ ਬਾਕੀ ਸੂਬਿਆਂ ਸਰਕਾਰਾਂ ਨਾਲ ਵੀ ਕਰਾਂਗੇ। ਗੱਲ ਕੀਤੀ ਜਾਵੇ ਇੱਥੇ ਆਪਣੇ ਬੀਐਸ ਸਪਲਾਈ ਨੇ ਕਿਹਾ ਸੀਗਾ ਵੀ ਆਪਾਂ ਇਨਸ ਜਿਹੜਾ ਇੱਥੇ ਲੈ ਕੇ ਆਵਾਂਗੇ ਉਹ ਬਠਿੰਡੇ ਚਲ ਗਿਆ, ਉਹਦੇ ਬਾਰੇ ਕੀ ਕਰਾਂਗੇ? ਭਾਈ ਗੱਲ ਇੱਦਾਂ ਜੀ, ਦੇਖੋ ਸਾਂਪਲਾ ਜੀ ਨੇ ਜੇ ਕੋਈ ਕਮਿਟਮੈਂਟ ਕੀਤੀ ਸੀ ਔਰ ਪੂਰੀ ਨਹੀਂ ਹੋਈ ਤਾਂ ਲੋਕਾਂ ਨੇ ਔਰ ਪਾਰਟੀ ਨੇ ਉਸ ਗੱਲ ਦਾ ਉਹਨਾਂ ਨੂੰ ਜਵਾਬ ਦਿੱਤਾ, ਸਿਲਾ ਦਿੱਤਾ। ਦੂਸਰੀ ਗੱਲ ਹੈ ਕਿ PGI ਸੈਟੇਲਾਈਟ ਸੈਂਟਰ ਦੀ ਆਵਾਜ਼ ਚੱਲੀ ਹੈ, ਗੱਲ ਚੱਲੀ ਹੈ ਔਰ ਮੈਨੂੰ ਲੱਗਦਾ ਵੀ ਇਸ ਸਰਕਾਰ ਦੇ ਅੰਦਰ PGI ਸੈਟੇਲਾਈਟ ਸੈਂਟਰ ਦਾ ਜਿਹੜਾ ਕੰਮ ਹੈ ਉਹ ਹੋ ਵੀ ਜਾਣਾ। ਪਰ ਉਹ ਕੰਮ ਹੋਣ ਨੂੰ ਜੇ 4 ਸਾਲ ਲੱਗਣਗੇ ਤਾਂ ਅਸੀਂ 4 ਸਾਲ ਆਪਣੀ ਐਮਰਜੈਂਸੀ ਤਾਂ ਨਹੀਂ ਨਾ ਬੰਦ ਕਰ ਸਕਦੇ। ਸਾਡੀ ਲੜਾਈ ਫਿਲਹਾਲ ਦੀ ਘੜੀ ਐਮਰਜੈਂਸੀ ਚਲਾਉਣ ਦੀ, ਸਾਡੇ ਭਰਾ ਨੇ ਹੁਣੇ ਗੱਲ ਕਹੀ ਉਹ ਸਾਡੇ ਲਈ ਜ਼ਰੂਰੀ ਵੀ ਹੈ ਅਤੇ ਮਜਬੂਰੀ ਵੀ ਹੈ। ਫਿਲਹਾਲ ਸਾਨੂੰ ਐਮਰਜੈਂਸੀ ਚਾਹੀਦੀ ਹੈ, ਜੇ ਐਮਰਜੈਂਸੀ ਚੱਲ ਪਏਗੀ ਤਾਂ ਅਸੀਂ PGI ਸੈਟੇਲਾਈਟ ਸੈਂਟਰ ਦੀ ਲੜਾਈ ਵੀ ਲੜਾਈ ਲਾਪਰਵਾਹੀ ਕਿਹੜੀ ਮੰਨਦੇ, ਕਿਹਦੀ ਮੰਨਦੇ, ਸਰਕਾਰ ਦੀ ਮੰਨਦੇ ਜਾਂ BBMP ਪ੍ਰਸ਼ਾਸਨ ਦੀ ਮੰਨਦੇ ਆ ਵੀ ਕਿਹੜੀ ਆ ਤੇ ਐਮਰਜੈਂਸੀ ਮੰਨਦੇ? ਭਾਜੀ ਸਾਰਿਆਂ ਦੀ ਜਿਹੜੀ ਹੈ ਬਰਾਬਰ ਦੀ ਸਹੂਲੀਅਤ ਹੈ, ਕਿਉਂਕਿ ਡਾਕਟਰ ਪ੍ਰੋਵਾਈਡ ਸਰਕਾਰ ਨੇ ਕਰਾਣੇ ਆ ਔਰ ਉਹਨਾਂ ਨੂੰ ਲਗਾਉਣਾ ਜਿਹੜਾ BBMP ਪ੍ਰਸ਼ਾਸਨ ਨੇ ਹੈ, ਤੇ ਜਿਹੜੀ ਪੰਜਾਬ ਸਰਕਾਰ ਆਪਣੇ ਹਿੱਸੇ ਦਾ 65% ਕੋਟਾ ਲਿਆ ਕੇ ਦੇਵੇ ਤਾਂ ਜੋ ਇਹ ਜਿਹੜਾ ਮਸਲਾ ਹੈ ਇਹ ਉੱਠੇ ਹੀ ਨਾ ਐਮਰਜੈਂਸੀ ਬੰਦ ਹੋਣ ਵਾਲਾ। ਬਾਕੀ ਅਪਗ੍ਰੇਡੇਸ਼ਨ ਜਾਂ PGI ਸੈਟੇਲਾਈਟ ਸੈਂਟਰ ਖੋਲ੍ਹਣਾ ਵੱਡੀਆਂ ਗੱਲਾਂ ਬਾਅਦ ਦੀਆਂ ਗੱਲਾਂ ਨੇ, ਪਰ ਫਿਲਹਾਲ ਜਿਹੜੀ ਬੇਸਿਕ ਰਿਕੁਆਇਰਮੈਂਟ ਹੈ, ਮੰਨ ਲਓ ਅਸੀਂ ਹੁਣ ਇੱਥੇ ਖੜੇ ਸਾਨੂੰ ਕੋਈ ਐਮਰਜੈਂਸੀ ਲੋੜ ਪੈ ਗਈ ਤਾਂ 1 ਕਿਲੋਮੀਟਰ ਅੱਧਾ ਕਿਲੋਮੀਟਰ ਦੂਰ BBMP ਹੋਸਪਿਟਲ ਹੈ, ਸਾਨੂੰ ਉੱਥੇ ਲੈ ਕੇ ਜਾਓਗੇ ਜਾਂ 80 ਕਿਲੋਮੀਟਰ ਦੂਰ ਜਲੰਧਰ ਲੈ ਕੇ ਜਾਓਗੇ? ਸੋਚਣ ਦਾ ਵਿਸ਼ੇ ਹੈ। ਐਮਰਜੈਂਸੀ ਚਾਲੂ ਕਰਨਾ ਉਹ ਫਸਟ ਨੀਡ ਹੈ, ਜਿਹੜੀ ਨੀਡ ਆਫ ਦਾ ਆਵਰ ਹੈ ਉਹ ਸਾਨੂੰ ਸ਼ੁਰੂ ਕਰਨੀ ਚਾਹੀਦੀ ਹੈ। ਭਾਜੀ ਜੀ ਇਹ ਜਿਹੜੀ ਸਾਡੀ ਮੰਗ ਹੈ ਜਾਇਜ਼ ਮੰਗ ਹੈ, ਇਹਦੇ ਲਈ ਅੱਜ ਛੋਟਾ ਪ੍ਰੋਟੈਸਟ ਕੀਤਾ ਹੈ, ਵੱਡਾ ਪ੍ਰੋਟੈਸਟ ਕਰਾਂਗੇ, ਹੋਰ ਵੱਡਾ ਪ੍ਰੋਟੈਸਟ ਕਰਾਂਗੇ, ਲਾਸਟ ਮੂਵਮੈਂਟ ਤੱਕ ਪ੍ਰੋਟੈਸਟ ਕਰਾਂਗੇ ਔਰ ਐਮਰਜੈਂਸੀ ਚਲਾ ਕੇ ਦਿਖਾਵਾਂਗੇ। ਰਾਤ ਦੀ ਐਮਰਜੈਂਸੀ ਜਿਹੜੀ ਆ ਉਹ ਸਰਕਾਰ ਨੂੰ ਕਿਸੇ ਵੀ ਕੀਮਤ ਤੇ ਚਲਾਉਣੀ ਪਏਗੀ।